जदों जेब च ना होवे खर्चा की करना प्यार नड्डीए तेनू पैर सवारी रखदा लोकी लोकी हिसाब नड्डीए तेरे यार मुक्ता नंद पाएगा चढ़ बुखार नड्डीए तेरे छा दिंदा हाँ जी दोस्तों की हाल चाल है जी। एक बार फिर तो हाजिर हो चुके हैं तुहाडे अपने हरमन प्यारे जट बाबे टैलीविजन दे विच अते मैं हाँ गुरमुख संधू लैके चलांगा तुहानू इंडस्ट्री दे कुछ अपडेट्स वल। तो फिर आओ दोस्तों वधदे हां अज दी पहली अपडेट वल अते गल करदे हां शूटर कालो ते सिद्धू मूसेवाले दे गीत गेम दी। दोस्तों जिस तरह के तुहानू पती है कि सिद्धू मूसेवाले दे जिन्ने भी चाहण वाले सी उहनां दा इक्को इक निशाना सी कि गेम गीत दे उपर सब तो वध कमेंट करके सिद्धू मूसेवाले नू दुनिया दे विच सब तो पहले नंबर दा सिंगर बनाउणा है। अते दोस्तों सिद्धू मूसेवाले नू जिन्ने भी लोग प्यार करदे हन उह हुण इस आंकड़े दे करीब पहुंच गए हन। अते दोस्तों गेम गीत दे उपर हुण तक कमेंट हो चुके हन 4.9 मिलियन। बिल्कुल दोस्तों 5 मिलियन कमेंट होण ही वाले हन इस गीत दे उपर। उस तो बाद थोड़े जे कमेंट होर हुंदिया ही सिद्धू मूसेवाला दुनिया दे विच पहले नंबर दा सिंगर बन जावेगा कमेंटा दे मुकाबले विच। तां दोस्तों अगर तुसीं भी चाहुंदे हो कि सिद्धू मूसेवाला इह रिकॉर्ड अपने नाम दर्ज करवावे तां दोस्तों गेम गीत दे उपर थोड़े थोड़े कमेंट होर करदे रहा करो। ਤਾਂ ਦੋਸਤੋ ਇਹ ਹੋ ਗਈ ਗੇਮ ਗੀਤ ਦੀ ਗੱਲ ਅਤੇ ਆਪਾਂ ਵਧਦਿਆਂ ਹੁਣ ਆਪਣੀ ਅਗਲੀ ਅਪਡੇਟ ਦੇ ਵੱਲ ਗੱਲ ਕਰਦਿਆਂ ਦੋਸਤੋ ਕਈ ਦਿਨਾਂ ਤੋਂ ਵਾਇਰਲ ਹੋ ਰਹੇ ਦਰਸ਼ਨ ਲੱਖੇਵਾਲ ਦੀ। ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਦਰਸ਼ਨ ਲੱਖੇਵਾਲ ਦੀ ਇੱਕ ਫੋਟੋ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਕਿ ਦਰਸ਼ਨ ਲੱਖੇਵਾਲ ਦੇ ਉੱਪਰ ਬਹੁਤ ਮੁਸੀਬਤ ਆ ਗਈ ਹੈ ਕਿਉਂਕਿ ਦੋਸਤੋ ਦਰਸ਼ਨ ਲੱਖੇਵਾਲ ਨੂੰ ਕੁਝ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕੱਲ੍ਹ ਦਰਸ਼ਨ ਲੱਖੇਵਾਲ ਲਾਈਵ ਆਏ ਸੀ। ਲਾਈਵ ਆ ਕੇ ਉਹਨਾਂ ਨੇ ਸਫਾਈ ਦਿੱਤੀ ਹੈ। ਮਿੱਤਰੋ ਦਰਸ਼ਨ ਲੱਖੇਵਾਲ ਨੇ ਇੱਥੇ ਆਪਣੇ ਲਾਈਵ ਦੇ ਵਿੱਚ ਕਿਹਾ ਹੈ ਕਿ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਸੇ ਹੋਰ ਕੰਮ ਗਏ ਸੀ ਅਤੇ ਵੈਸੇ ਹੀ ਮੂਸੇ ਪਿੰਡ ਵਿੱਚੋਂ ਲੰਘਦੇ ਲੰਘਦੇ ਉਹਨਾਂ ਨੇ ਸਿੱਧੂ ਮੂਸੇਵਾਲ ਦੇ ਘਰ ਜਾਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਕਿ ਇਹ ਫੋਟੋ ਸਾਹਮਣੇ ਆ ਗਈ ਸੀ। ਦੋਸਤੋ ਹੁਣ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਕਿ ਆਖਰ ਦਰਸ਼ਨ ਲੱਖੇਵਾਲ ਝੂਠ ਬੋਲ ਰਿਹਾ ਹੈ ਜਾਂ ਫਿਰ ਸੱਚ, ਅਤੇ ਇਹ ਫੋਟੋ ਹੈ ਤਾਂ ਹੈ ਕਦੋਂ ਦੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਦਰਸ਼ਨ ਲੱਖੇਵਾਲ ਦੀ ਇਹ ਸਿੱਧੂ ਨਾਲ ਫੋਟੋ 2 ਮਹੀਨੇ ਪਹਿਲਾਂ ਜਾਣੀ ਕਿ 9 ਸਤੰਬਰ ਨੂੰ ਸਿੱਧੂ ਮੂਸੇਵਾਲ ਦੇ ਘਰ ਦੇ ਵਿੱਚ ਕਲਿੱਕ ਕਰੀ ਗਈ ਸੀ ਜਿਸ ਤੋਂ ਬਾਅਦ ਕਿ ਇਹ ਫੋਟੋ ਹੁਣ ਵਾਇਰਲ ਹੋਈ ਹੈ। ਖੈਰ ਦੋਸਤੋ ਦਰਸ਼ਨ ਲੱਖੇਵਾਲ ਨੇ ਲਾਈਵ ਆ ਕੇ ਜੋ ਵੀ ਗੱਲਾਂ ਕਹੀਆਂ ਹੋਣ ਉਹਨਾਂ ਦੀ ਕੋਈ ਮਜਬੂਰੀ ਰਹੀ ਹੋਵੇਗੀ ਜਾਂ ਫਿਰ ਉਹਨਾਂ ਨੇ ਕਿਸੇ ਹੋਰ ਕਾਰਨ ਕਰਕੇ ਕਹੀਆਂ ਹੋਣਗੀਆਂ। ਪਰ ਦੋਸਤੋ ਅਗਰ ਦਰਸ਼ਨ ਲੱਖੇਵਾਲ ਨੇ ਸਿੱਧੂ ਮੂਸੇਵਾਲੇ ਨਾਲ ਫੋਟੋ ਕਰਵਾ ਲਈ ਤਾਂ ਉਸ ਨੂੰ ਟ੍ਰੋਲ ਕਰਨ ਦਾ ਐਡਾ ਕੋਈ ਕਾਰਨ ਨਹੀਂ ਬਣਦਾ ਸੀ ਕਿਉਂਕਿ ਦੋਸਤੋ ਵੈਸੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸਿੱਧੂ ਮੂਸੇਵਾਲੇ ਨਾਲ ਲੋਕ ਫੋਟੋਆਂ ਕਰਵਾਉਂਦੇ ਹਨ। ਹੋ ਸਕਦਾ ਹੈ ਕਿ ਦਰਸ਼ਨ ਲੱਖੇਵਾਲ ਸਿੱਧੂ ਦੇ ਫੈਨ ਹੋਣ ਇਸੇ ਕਰਕੇ ਸਿੱਧੂ ਨੂੰ ਮਿਲਣ ਚਲੇ ਗਏ ਹੋਣ। ਪਰ ਦੋਸਤੋ ਇਸ ਫੋਟੋ ਦੇ ਵਾਇਰਲ ਹੋਣ ਨਾਲ ਕਿਤੇ ਨਾ ਕਿਤੇ ਦਰਸ਼ਨ ਲੱਖੇਵਾਲ ਦੇ ਉੱਪਰ ਇੱਕ ਮੁਸੀਬਤ ਖੜੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਦੋਸਤੋ ਮਾਨ ਸਾਹਿਬ ਦੇ ਫੈਨ ਦਰਸ਼ਨ ਲੱਖੇਵਾਲੇ ਦੇ ਕੋਲੋਂ ਬਹੁਤ ਜ਼ਿਆਦਾ ਨਿਰਾਸ਼ ਹਨ। ਪਰ ਦੋਸਤੋ ਉੱਥੇ ਹੀ ਦੂਸਰੇ ਪਾਸੇ 69 ਦੇ ਫੈਨ ਦਰਸ਼ਨ ਲੱਖੇਵਾਲੇ ਦੇ ਕੋਲੋਂ ਖੁਸ਼ ਵੀ ਨਜ਼ਰ ਆ ਰਹੇ ਹਨ ਜਿਨ੍ਹਾਂ ਦਾ ਕੀ ਪਤਾ ਦਰਸ਼ਨ ਲੱਖੇਵਾਲ ਦੇ ਇੰਸਟਾ ਦੇ ਉੱਪਰ ਉਹਨਾਂ ਦੀ ਆਈਡੀ ਦੇ ਨੀਚੇ ਕਮੈਂਟਾਂ ਤੋਂ ਲੱਗਦਾ ਹੈ। ਪਰ ਦੋਸਤੋ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦਰਸ਼ਨ ਲੱਖੇਵਾਲ ਆਪਣਾ ਕਿਹੜਾ ਗੀਤ ਕਿਹੜੀ ਕੰਪਨੀ ਦੇ ਵਿੱਚ ਕਦੋਂ ਅਤੇ ਕਿੱਥੇ ਕਰਦੇ ਹਨ। ਅਤੇ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਧੰਨਵਾਦ ਕਰਦੇ ਹਾਂ ਇੰਸਟਾ ਦੇ ਇਸ ਫੈਨ ਪੇਜ ਦਾ ਜਿਸ ਦਾ ਕਿ ਨਾਮ ਹੈ ਡਾਕੂ। ਅਤੇ ਦੋਸਤੋ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਲਈ ਇਸ ਪੇਜ ਨੂੰ ਫੋਲੋ ਕਰ ਸਕਦੇ ਹੋ।